ਵਾਹਿਗੁਰੂ ਜੀ। ਅੱਜ ਮੈਂ ਤਿੰਨ ਚਾਰ ਕਾਰਨ ਹਨ ਜਿਸ ਲਈ ਆਪਦੇ ਪਾਸ ਮੁਖਾਰ ਬਿੰਦ ਹੋ ਰਿਹਾ। ਪਹਿਲੀ ਗੱਲ ਕਿ ਜਿਹੜੀ ਹੁਣੇ ਖਬਰ ਮੈਨੂੰ ਮਿਲੀ ਹੈ ਕਿ ਕਾਬਲ ਦੇ ਗੁਰਦੁਆਰੇ ਦੇ ਵਿੱਚ ਤਾਲਿਬਾਨੀਆਂ ਵੱਲੋਂ ਜਾਂ ਹੋਰ ਜਿਹੜੇ ਜਥੇਬੰਦੀਆਂ ਨਾਲ ਉਹਨਾਂ ਨਾਲ ਹਮਲਾ ਕੀਤਾ ਗਿਆ, ਜਿਹਦੇ 'ਤੇ ਗੁਰਦੁਆਰੇ ਦਾ ਨੁਕਸਾਨ ਵੀ ਬਹੁਤ ਆਇਆ ਔਰ ਤਕਰੀਬਨ ਚਾਰ ਜਾਂ ਪੰਜ ਬੰਦੇ ਸ਼ਹੀਦ ਵੀ ਹੋਏ। ਮੈਨੂੰ ਇਸ ਗੱਲ ਦਾ ਅਫਸੋਸ ਜ਼ਿਆਦਾ ਇਸ ਗੱਲ ਦਾ ਕਿ ਜਿਹੜਾ ਸਿੱਖ ਹਰ ਵਰਗ ਦੇ ਲੋਕਾਂ ਦੀ ਸੀਰੀਆ ਜਾ ਕੇ ਮਦਦ ਕਰ ਰਿਹਾ, ਉਹਨਾਂ ਦੇ ਗੁਰਦੁਆਰਿਆਂ 'ਤੇ ਹਮਲਾ ਕਰਨ ਵਾਲੇ ਇਹਨਾਂ ਲੋਕਾਂ ਦੀ ਮੈਂ ਪਰਜੋਰ ਨਿੰਦਾ ਕਰਦਾ ਹਾਂ ਔਰ ਨਾਲ ਆਸ ਕਰਦਾ ਹਾਂ ਕਿ ਦੁਨੀਆ ਦੇ ਲੋਕ ਇਹਨਾਂ ਜਿਹੜੇ ਜ਼ਾਲਮ ਬੰਦੇ ਹਨ ਜਿਹੜੇ ਧਾਰਮਿਕ ਸਥਾਨਾਂ 'ਤੇ ਹਮਲੇ ਕਰਦੇ ਹਨ, ਬੇਦੋਸੇ ਬੰਦਿਆਂ ਨੂੰ ਸ਼ਹੀਦ ਕਰਦੇ ਹਨ, ਉਹਨਾਂ ਦੀ ਜਿਤਨੀ ਸਖ਼ਤ ਨਿੰਦਾ ਕੀਤੀ ਜਾਏ ਉਨੀ ਥੋੜ੍ਹੀ ਹੈ। ਦੂਸਰਾ, ਜਿਹੜਾ ਅੱਜ ਦੁਨੀਆ ਭਰ ਦੇ ਵਿੱਚ ਕਰੋਨਾ ਵਾਇਰਸ ਫੈਲਾ ਹੋਇਆ ਹੈ ਔਰ ਹਿੰਦੁਸਤਾਨ ਦੇ ਵਿੱਚ ਵੀ ਹਿੰਦੁਸਤਾਨ ਦੀ ਸਰਕਾਰ ਨੇ ਇਹਦੇ ਬੜੇ ਸਖ਼ਤ ਕਦਮ ਚੁੱਕੇ ਹਨ, ਜਿਸ ਦੇ ਨਾਲ ਸਾਨੂੰ ਪਤਾ ਹੈ ਕਿ ਗਰੀਬ ਗੁਰਬੇ ਦੀ ਜਿਹੜੀ ਲੋੜ ਹੈ ਜਿਹੜੀ ਦਿੱਕਤਾਂ ਨੂੰ ਆਉਣ ਵਾਲੇ ਸਮੇਂ 'ਚ ਬਹੁਤ ਜ਼ਿਆਦਾ ਵਧਣਗੀਆਂ। ਉਹ ਵੀ ਮਜਬੂਰ ਹਨ, ਜੇ ਆਪਣੇ ਮੁਲਕ ਨੂੰ ਬਚਾਉਣਾ ਹੈ, ਆਪਣੇ ਲੋਕਾਂ ਨੂੰ ਬਚਾਉਣਾ ਹੈ ਤਾਂ ਇਹ ਸਭ ਕਦਮ ਕਰਨੇ ਬੜੇ ਜ਼ਰੂਰੀ ਹਨ। ਪਰ ਮੈਨੂੰ ਸਭ ਤੋਂ ਵੱਧ ਅਫਸੋਸ ਇਸ ਗੱਲ ਦਾ ਹੈ ਕਿ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਰ ਤਰ੍ਹਾਂ ਦੀ ਮਦਦ ਪੰਜਾਬ ਸਰਕਾਰ ਦੀ ਵਚਨਬੱਧਤਾ ਭੁਗਤਾਈ ਹੈ। ਉਹਨਾਂ ਨੇ ਕਹਿਤਾ ਕਿ ਜਿਤਨੀਆਂ ਵੀ ਸਰਾਵਾਂ ਹਨ, ਸਾਲ ਹਨ, ਸਭ ਤੁਹਾਡੇ ਡਿਸਪੋਜ਼ਲ 'ਤੇ ਹਨ, ਕਿੱਥੇ ਕਿੱਥੇ ਵੀ ਲੰਗਰ ਤੁਸੀਂ ਪਹੁੰਚਾਉਣਾ ਹੈ, ਅਸੀਂ ਇਹਨਾਂ ਹਾਲਾਤਾਂ ਦੇ ਬਾਵਜੂਦ ਹੀ ਹਰ ਜਗ੍ਹਾ ਲੰਗਰ ਪਹੁੰਚਾਉਣ ਦੀ ਸੇਵਾ ਕਰਨ ਲਈ ਬਿਲਕੁਲ ਤਿਆਰ ਬੈਠੇ ਹਾਂ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੁਖੀ ਪਰਮਜੀਤ ਸਿੰਘ ਸਰਨਾ ਨੇ ਬਾਲਾ ਸਾਹਿਬ ਹਸਪਤਾਲ ਨੂੰ ਲੈ ਕੇ ਨਿਸ਼ਾਨਾ ਸਿੱਧਾ ਸ਼੍ਰੋਮਣੀ ਅਕਾਲੀ ਦਲ ਅਤੇ ਮੌਜੂਦਾ ਕਮੇਟੀ ਉੱਪਰ ਸਾਧਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇ ਦਿੱਲੀ ਦੇ ਬਾਦਲ ਗੈਂਗ ਨੇ ਗਰੀਬਾਂ ਲਈ ਬਣਾਏ ਜਾ ਰਹੇ ਹਸਪਤਾਲ ਬਾਲਾ ਸਾਹਿਬ ਨੂੰ ਆਪਣੀ ਸਿਆਸਤ ਦਾ ਅਖਾੜਾ ਨਾ ਬਣਾਇਆ ਹੁੰਦਾ ਤਾਂ ਅੱਜ ਲੋਕਾਂ ਨੂੰ ਲਾਈਨਾਂ 'ਚ ਖੜਾ ਨਾ ਹੋਣਾ ਪੈਂਦਾ ਅਤੇ ਇਸ ਦਾ ਫਾਇਦਾ ਸਿੱਧਾ ਲੋਕਾਂ ਨੂੰ ਹੋਣਾ ਸੀ। ਤਾਂ ਉਹਨਾਂ ਨੇ ਬਾਲਾ ਸਾਹਿਬ ਹਸਪਤਾਲ ਲਈ ਇਲਜ਼ਾਮਾਂ ਦੀ ਉਂਗਲ ਸਿੱਧੀ ਅਕਾਲੀ ਦਲ ਵੱਲ ਸਿੱਧੀ ਹੈ। ਮੈਂ ਇਹਨਾਂ ਦੇ ਬਹੁਤ ਹੀ ਜਿਹੜੇ ਕਿ ਇਹਨਾਂ ਦੇ ਵਰਕਿੰਗ ਕਮੇਟੀ ਦੇ ਮੈਂਬਰ ਹਨ ਉਹਨਾਂ ਨੇ ਦੱਸਿਆ ਕਿ ਪਹਿਲੇ ਮੈਂ ਜਨਰਲ ਸਕੱਤਰ ਨੂੰ ਟੈਲੀਫੋਨ ਕੀਤੀ, ਉਸਨੇ ਆਪਣੇ ਦੋਵੇਂ ਹੱਥ ਖੜੇ ਕਰ ਦਿੱਤੇ। ਉਸ ਤੋਂ ਬਾਅਦ ਮੈਂ ਕਿਹਾ ਵੀ ਚਲੋ ਜਨਰਲ ਮੈਨੇਜਰ ਨੂੰ ਟੈਲੀਫੋਨ ਕਰਦੇ ਹਾਂ। ਕਹਿੰਦਾ ਜਨਰਲ ਮੈਨੇਜਰ ਨੇ ਕਿਹਾ ਜੀ ਕਿ ਸਾਡੇ ਕੋਈ ਪ੍ਰਬੰਧ ਨਹੀਂ ਹੈ, ਪਹਿਲੀ ਗੱਲ ਤਾਂ ਇਸ ਵਕਤ ਅਸੀਂ ਸਾਰੇ ਲੰਗਰ ਦੀ ਸੇਵਾ ਕਰਨ ਵਾਲੇ ਨਾਲੀਆਂ ਨੂੰ ਸੇਵਾਦਾਰ ਨੂੰ ਛੁੱਟੀ ਦਿੱਤੀ ਹੈ। ਦੂਸਰੀ ਗੱਲ ਇਹ ਕਿ ਸਾਡੇ ਕੋਲ ਤਾਂ ਉੱਥੇ 5 ਕਿਲੋ ਆਟਾ ਨਹੀਂ ਹੈ ਜਿਹੜਾ ਅਸੀਂ ਬਣਾ ਕੇ ਅਤੇ ਸਰਵ ਕਰ ਸਕਦੇ। ਹੈਗੀ ਕਿ ਇਸ ਵਕਤ ਮਾਇਆ ਹੀ ਨਹੀਂ ਹੈ ਕਿ ਜਿਹਦੇ ਅਸੀਂ ਆਟਾ ਅਤੇ ਦਾਲ ਖਰੀਦ ਸਕੀਏ। ਜਦ ਉਸਨੇ ਟੈਲੀਫੋਨ ਦੇ ਉੱਤੇ ਮੈਨੂੰ ਗੱਲਾਂ ਦੱਸੀਆਂ ਅਤੇ ਬੜੀ ਮਨ ਪਰੇਸ਼ਾਨੀ ਹੋਈ। ਪਰ ਉਸ ਤੋਂ ਬਾਅਦ ਇੱਕ ਹੋਰ ਦਿੱਲੀ ਦੇ ਨਾਮਵਰ ਸਿੱਖ ਨੇ ਜਨਰਲ ਸਕੱਤਰ ਨੂੰ ਟੈਲੀਫੋਨ ਕੀਤਾ ਅਤੇ ਦੌਰਾਨ ਦੀ ਲੋੜ ਨਹੀਂ ਸਾਰੀਆਂ ਗੱਲਾਂ ਜਿਹੜੀਆਂ ਸਨ ਉਹਨਾਂ ਨੇ ਦੁਹਰਾਤੀਆਂ। ਅਤੇ ਮੈਂ ਕਿਹਾ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਜਿੱਥੇ ਹਿੰਦੁਸਤਾਨ ਦੇ ਵਿੱਚ ਕਿਸੇ ਜਗ੍ਹਾ 'ਤੇ ਕੋਈ ਦਿੱਕਤ ਆਵੇ, ਬਾਹਰਲੇ ਮੁਲਕਾਂ 'ਚ ਆਵੇ, ਭਾਵੇਂ ਆਸਟਰੀਆ 'ਚ ਆਵੇ, ਭਾਵੇਂ ਉਹਦਾ ਨਾਂ ਕਿ ਸਵਿਟਜ਼ਰਲੈਂਡ 'ਚ ਆਵੇ, ਕਿਸੇ ਜਗ੍ਹਾ ਯੂਰਪ ਵਿੱਚ ਆਵੇ, ਤਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸੇਵਾ ਕਰਨ ਵਾਸਤੇ ਤਤਪਰ ਰਹਿੰਦੀ ਸੀ। ਹਿੰਦੁਸਤਾਨ ਦੀ ਜਾਂ ਦਿੱਲੀ ਦੀ ਗੱਲ ਛੱਡ ਹੀ ਰਹੀ ਹੈ। ਜਦ ਹਿੰਦੁਸਤਾਨ ਦੇ ਵਿੱਚ ਅੱਜ ਤੋਂ 7 ਸਾਲ ਪਹਿਲੇ ਉੱਤਰਾਖੰਡ ਕਸ਼ਮੀਰ ਦੇ ਵਿੱਚ ਹੜ੍ਹ ਆਏ, ਤਬਾਹੀ ਆਈ, ਤਾਂ ਹਾਲਾਤ ਕੀ ਸਨ? ਅਸੀਂ ਨਵੇਂ ਨਵੇਂ ਛੱਡ ਕੇ ਗਏ ਸਾਂ, ਲੋਕਾਂ ਨੇ ਇਹਨਾਂ ਨੂੰ ਚੁਣ ਕੇ ਭੇਜਿਆ ਸੀ, ਤਾਂ ਇਹ ਲੰਗਰ ਹਵਾਈ ਜਹਾਜ਼ਾਂ 'ਤੇ ਲੈ ਕੇ ਗਏ। ਭਾਵੇਂ ਉੱਤਰਾਖੰਡ 'ਚ ਕਈ ਚੱਕਰ ਲੱਗੇ, ਸ਼੍ਰੀਨਗਰ 'ਚ ਚੱਕਰ ਲੱਗੇ, ਅੱਜ ਹਵਾਈ ਜਹਾਜ਼ ਛੱਡ ਕੇ ਇਹਨਾਂ ਕੋਲ ਟੈਕਸੀ ਰਿਕਸ਼ੇ 'ਤੇ ਲੰਗਰ ਵਰਤਾਉਣ ਵਾਸਤੇ ਵੀ ਸਮੱਗਰੀ ਨਹੀਂ ਰਹੀ। ਮੈਨੂੰ ਇਹ ਗੱਲ ਕਹਿਣ 'ਚੋਂ ਬੜਾ ਅਫਸੋਸ ਆ ਰਿਹਾ ਸੀ, ਪਰ ਕੇਵ ਘਰ ਮੈਂ ਰਹਿ ਨਹੀਂ ਸੀ ਸਕਦਾ। ਮੈਨੂੰ ਇਸ ਗੱਲ ਦਾ ਵੀ ਅਫਸੋਸ ਹੈ ਕਿ ਜਿਹੜਾ ਹਸਪਤਾਲ ਅਸੀਂ ਸ਼ੁਰੂ ਕਰਨਾ ਸੀ 2012 ਦੇ ਵਿੱਚ, ਇਹਨਾਂ ਨੇ ਆਪਣੇ ਚੰਦ ਜਿਹੜੇ ਇਹਨਾਂ ਦੇ ਬੰਦੇ ਸਨ, ਮੈਂ ਅੱਜ ਨਾਂ ਨਹੀਂ ਲੈਣਾ ਚਾਹੁੰਦਾ, ਉਹਨਾਂ ਰਾਹੀਂ ਇਸ ਹਸਪਤਾਲ ਨੂੰ ਰੋਕਿਆ ਗਿਆ। ਔਰ ਉਹਦੇ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਦਾ ਇਹ ਮਨ ਦੇ ਵਿੱਚ ਸੀ ਕਿ ਸਰਨੇ ਹਸਪਤਾਲ ਨਾ ਬਣਾ ਜਾਣ, ਨਹੀਂ ਤਾਂ ਸ਼ਾਇਦ ਮੁੜ ਕੇ ਸਾਨੂੰ ਇਹ ਸੇਵਾ ਨਾ ਮਿਲ ਸਕੇ। ਇਸ ਲਈ ਝੂਠ ਕੁਪੱਟ ਬੋਲ ਕੇ ਇਹਨਾਂ ਨੇ ਹਸਪਤਾਲ ਦੀ ਸੇਵਾ ਰੁਕਵਾਈ। ਅੱਜ ਉਸ ਜੇ ਹਸਪਤਾਲ ਹੁੰਦਾ 500 ਬੈੱਡ ਵਾਲਾ, ਅਤੇ ਦੁਨੀਆ 'ਚ ਜਾਣਾ ਸੀ ਵੀ ਸਿੱਖਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿੱਲੀ ਦੇ ਸਿੱਖਾਂ ਨੇ ਆਪਣਾ ਸਭ ਤੋਂ ਮਾਡਰਨ ਹਸਪਤਾਲ ਜਿਹੜਾ ਹੈਗਾ ਦੁਨੀਆ ਦਾ, ਉਹ 500 ਬੈੱਡ ਦਾ ਹਸਪਤਾਲ ਸਰਕਾਰ ਦੇ ਹਵਾਲੇ ਕਰਤਾ ਹੈ।
हर गरीब गुरबे की तुम सेवा करो और जिथे कोई ना सेवा करने वो साढ़े अस्पताल में जाकर उन्होंने सेवा लो। दिल्ली सिख गुरद्वारा प्रबंधक कमेटी और अस्पताल वाले की कोई सेवा तुहाड़े पासों नहीं लैणगे। मैं अजे बेनती जो भी 5 फरवरी जो दिल्ली घटनावां होईयां सन दिल्ली दे करके और उन्हां तक सारा राशन पहुँचाया सी, तकरीबन 38 टन राशन बनता सी, 14 टैंपो सन। अज फिर गुरद्वारियां दे विच लंगर नहीं है, जिन्हां गुरद्वारियां दी समर्था है जिवें कलोनियां दे हन उन्हां दे बंदे नहीं हन, सेवा करन वाले नहीं हन। मैं बेनती करनी चाहुंदा समुचे दिल्ली दे जिहड़े तनाट सिख हन, सेवा करन यकीन रखते हैं, गुरगद्दी सेवा करते हैं, कि इस समय अगे आवन और गुरद्वारा कमेटी की जगह अपना फर्ज समझ के गरीब गुरबे की सेवा करन। जिन अस्पतालों में लंगर की लोड़ है उत्थे पहुँचाण, जिस गरीब गुरुए इलाके लंगर की लोड़ है उन्होंने पहुँचाण, और जिहड़ा साडा फर्ज है जिहड़ा गुरु साहब ने सानू सेवा का दस्या होया है उसनू असीं अपना के अपना जन्म सफला करिए ते गुरु के नक्शे के कदम पर चलीए। इतनी बेनती करता होया कि मैं याचक हाँ डिटेल नाल। मैं इस वक्त इस विपता दे विच ये जिहड़ी महामारी फैली है इहदे च होर ज़्यादा गल्लां ना करदा। वाहेगुरू जी का खालसा। साडे यूट्यूब चैनल नूं सबसक्राइब करो।